हिलिक्स गड्डी एक ऐसी गड्डी है जिदे विच बहुत पावर है। मोर ओवर सानू एक डाला भी मिलिया पिछे जिदे विच आपां एक स्ट्रेचर कॉन्स वगैरह रखी हैं ताकि जो कितने एक्सीडेंट हो जाए आपां उसनू उत्थे रख के आपां एक सुचारू ढंग नाल जिहड़ा जाम आ उसनू आपां क्लीयर करा सकते हैं। सड़क हादसों दौरान जाना बचाने के लिए मुख्यमंत्री भगवंत सिंह मान वालों बनाई सड़क सुरक्षा फोर्स वरदान साबित हो रही है। इस फोर्स ने जिथे 6:29 च हादसों वाली थां पहुंच के रिकॉर्ड बनाया उथे ही कई घर के चिराग बुझन तो भी बचाए ने। सड़क सुरक्षा फोर्स का गठन करने वाला पंजाब देश का पहला सूबा बन गया। पंजाब देश का पहला सूबा बन जा रहा है जिस सूबे को सड़कां ते एक्सीडेंट सड़कां ते कोई होर किस्म दे क्राइम नूं रोकण वास्ते अलग फोर्स बनाई जा रही है। हुण जेकर सड़क ते 30 किलोमीटर दे दायरे दे अंदर कोई भी हादसा हुंदा है तां तुरंत इस दी जानकारी हेल्पलाइन नंबर 112 ते दित्ती जांदी है जिस तों बाद मदद लई तुरंत हाईटेक वाहन रवाना हो जांदे ने। अत आधुनिक यंत्रां दे नाल लैस 150 दे करीब वाहन पंजाब भर दे नाजुक रस्तियां ते 24 घंटे मौजूद रहिंदे ने। इना दी मौजूदगी दे चलदियां एसएसएफ रूटां ते अपराध दर भी घटी है अते सड़क हादसों दौरान हुंदियां मौतां दे विच भी कमी आई है। अच्छा सर, जीडी मार्केट आयो जी पुलिस फोर्स है, सचो है की मामला की है? अच्छा, जिवें तुहानूं पता है वी एक तां त्यौहारां दा सीजन है, नंबर दो सरपंची दे पंजाब च इलैक्शन भी है, तो इत्थों सानूं लगातार शिकायतां मिल रही सीगियां वी लोग इत्थे गड्डियां च बह के शराब पींदे है ते हुल्लड़बाजी करदे है। जो इत्थे लोग शॉपिंग करन आउंदे आ उहदे परिवारां नाल शॉपिंग करन आउंदे आ होर आउंदे आ उहनां नूं परेशानी भी हुंदी है ते इत्थे हुल्लड़बाजी भी हुंदी है। असीं इत्थे रात भी ऑपरेशन चलाया सी, कल रात उत्थे इत्थे एक रेस्टोरेंट हैगा उन्हां ते असीं कार्रवाई भी कीती है, परचा भी दित्ता जदों इत्थे शराब पिया रहे सीगे। अज असीं दुबारा मैं SHO सिटी 1 सिटी 2 ते ERVs नूं नाल लै के असीं रात हुण चैक करन दा ऑपरेशन चलाया, हुण भी कुछ गड्डियां पाउंड कीतियां, उन्हां दा असीं डॉक्टरी मुलाजा करावांगे ਜਿਹੜੇ ਉਹਨਾਂ ਦੇ ਸਵਾਰ ਹੈ ਤੇ ਦੇਖਦੇ ਹਾਂ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਕਿ ਨਹੀਂ ਪੀਤੀ ਹੋਈ। ਕੀ ਇਹ ਕਾਰਵਾਈ ਅੱਗੇ ਵੀ ਜਾਰੀ ਰਹੂਗੀ ਜੀ ਇਲੈਕਸ਼ਨ ਤੋਂ ਬਾਅਦ ਵੀ? ਨਹੀਂ, ਬਿਲਕੁਲ ਜਾਰੀ ਰਹੂਗੀ ਤੇ ਤੁਹਾਡੇ ਥਰੂ ਮੇਰਾ ਇੱਥੋਂ ਦੇ ਸੀਨੀਅਰਸ ਨੂੰ ਆਪਣਾ ਸਿਟੀਜ਼ਨ ਨੂੰ ਇਹ ਸੁਨੇਹਾ ਹੈ ਵੀ ਆਪਣੇ ਬੱਚਿਆਂ ਨੂੰ ਵੀ ਸਮਝਾਓ ਤੇ ਨੌਜਵਾਨਾਂ ਨੂੰ ਵੀ ਇਹ ਸੁਨੇਹਾ ਹੈ ਵੀ ਜੇ ਕੋਈ ਸਾਡੇ ਕੋਲੋਂ ਇੱਥੇ ਸ਼ਰਾਬ ਪੀਂਦਾ ਫੜਿਆ ਗਿਆ ਗੱਡੀ 'ਚ ਅਣਅਧਿਕਾਰਿਤ ਤਰੀਕੇ ਨਾਲ ਤੇ ਉਹ 'ਤੇ ਸਖ਼ਤ ਐਕਸ਼ਨ ਲਿਆ ਜਾਊਗਾ। ਕੱਲ੍ਹ ਇੱਥੇ ਚਟੂਰਾ ਪੁਆਇੰਟ ਕਰਕੇ ਇੱਕ ਰੈਸਟੋਰੈਂਟ ਹੈ ਜੀ, ਉਹਨਾਂ 'ਤੇ ਅਸੀਂ ਐਕਸਾਈਜ਼ ਐਕਟ ਦਾ ਪਰਚਾ ਦਿੱਤਾ। ਵਾਰਨਿੰਗ ਕਹਿ ਲਓ, ਇਹਨੂੰ ਨਸੀਹਤ ਕਹਿ ਲਓ ਵੀ ਜੇ ਇੱਥੇ ਕੋਈ ਇਹੋ ਜਿਹੀ ਗੁੰਡਾਗਰਦੀ ਹੁੱਲੜਬਾਜ਼ੀ ਜਾਂ ਕੋਈ ਪਬਲਿਕ ਪਲੇਸ 'ਤੇ ਸ਼ਰਾਬ ਪੀਊਗਾ ਤਾਂ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ ਅਤੇ ਜੇ ਕੋਈ ਆਪਣੀਆਂ ਦੁਕਾਨਾਂ 'ਚ ਪਿਆਉਂਦਾ ਜਿਵੇਂ ਰੈਸਟੋਰੈਂਟ ਹੈਗੇ ਅੰਦਰ ਬੈਠਣ ਨੂੰ ਜਗ੍ਹਾ ਨਹੀਂ ਹੈ, ਬਾਹਰ ਕਾਰਾਂ 'ਚ ਜੇ ਸਰਵ ਕਰਦਾ ਹੈ ਸ਼ਰਾਬ ਪਿਆਉਂਦਾ ਹੈ ਉਹਨਾਂ ਨੂੰ ਸੋਡਾ ਗਲਾਸ ਵਗੈਰਾ ਦਿੰਦਾ ਹੈ ਤਾਂ ਉਹਦੇ 'ਤੇ ਵੀ ਕਾਰਵਾਈ ਕੀਤੀ ਜਾਊ। ਇੱਕ ਸਰ ਦੇਖਣ ਨੂੰ ਆ ਰਿਹਾ ਜੀ, ਜਿਹੜੇ ਰੋਡ 'ਤੇ ਵੀ ਦੋ ਤਿੰਨ ਹੈਗੇ ਆ ਵੀ ਉਹਨਾਂ ਦੇ ਖਿਲਾਫ਼ ਉੱਥੇ ਵੀ ਚੈਕਿੰਗ ਹੋ ਜਾਂਦਾ ਸੀਗਾ? ਬਿਲਕੁਲ ਜੀ, ਅਸੀਂ ਇੱਦੂ ਪਹਿਲਾਂ ਉੱਥੇ ਹੀ ਜਾ ਕੇ ਆਏ ਹਾਂ, ਉਸ ਤੋਂ ਬਾਅਦ ਇੱਥੇ ਆਏ ਹਾਂ। ਅੱਛਾ ਸਰ, ਜੀਡੀ ਮਾਰਕੀਟ ਆਏ ਹੋ ਜੀ ਪੁਲਿਸ ਫੋਰਸ ਹੈ, ਸੱਚੋ ਹੈ ਕੀ ਮਾਮਲਾ ਕੀ ਹੈ? ਅੱਛਾ, ਜਿਵੇਂ ਤੁਹਾਨੂੰ ਪਤਾ ਹੈ ਵੀ ਇੱਕ ਤਾਂ ਤਿਉਹਾਰਾਂ ਦਾ ਸੀਜ਼ਨ ਹੈ, ਨੰਬਰ ਦੋ ਸਰਪੰਚੀ ਦੇ ਪੰਜਾਬ 'ਚ ਇਲੈਕਸ਼ਨ ਵੀ ਹੈ, ਅਤੇ ਇੱਥੋਂ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਵੀ ਲੋਕ ਇੱਥੇ ਗੱਡੀਆਂ 'ਚ ਬਹਿ ਕੇ ਸ਼ਰਾਬ ਪੀਂਦੇ ਹੈ ਅਤੇ ਹੁੱਲੜਬਾਜ਼ੀ ਕਰਦੇ ਹੈ। ਜੋ ਇੱਥੇ ਲੋਕ ਸ਼ੋਪਿੰਗ ਕਰਨ ਆਉਂਦੇ ਆ ਉਹਦੇ ਪਰਿਵਾਰਾਂ ਨਾਲ ਸ਼ੋਪਿੰਗ ਕਰਨ ਆਉਂਦੇ ਆ ਹੋਰ ਆਉਂਦੇ ਆ ਉਹਨਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਅਤੇ ਇੱਥੇ ਹੁੱਲੜਬਾਜ਼ੀ ਵੀ ਹੁੰਦੀ ਹੈ। ਅਸੀਂ ਇੱਥੇ ਰਾਤ ਵੀ ਓਪਰੇਸ਼ਨ ਚਲਾਇਆ ਸੀ, ਕੱਲ੍ਹ ਰਾਤ ਉੱਥੇ ਇੱਥੇ ਇੱਕ ਰੈਸਟੋਰੈਂਟ ਹੈਗਾ ਉਹਨਾਂ 'ਤੇ ਅਸੀਂ ਕਾਰਵਾਈ ਵੀ ਕੀਤੀ ਹੈ, ਪਰਚਾ ਵੀ ਦਿੱਤਾ ਜਦੋਂ ਇੱਥੇ ਸ਼ਰਾਬ ਪਿਆ ਰਹੇ ਸੀਗੇ। ਅੱਜ ਅਸੀਂ ਦੁਬਾਰਾ ਮੈਂ SHO ਸਿਟੀ 1 ਸਿਟੀ 2 ਅਤੇ ERVs ਨੂੰ ਨਾਲ ਲੈ ਕੇ ਅਸੀਂ ਰਾਤ ਹੁਣ ਚੈੱਕ ਕਰਨ ਦਾ ਓਪਰੇਸ਼ਨ ਚਲਾਇਆ, ਹੁਣ ਵੀ ਕੁਛ ਗੱਡੀਆਂ ਪਾਊਂਡ ਕੀਤੀਆਂ, ਉਹਨਾਂ ਦਾ ਅਸੀਂ ਡਾਕਟਰੀ ਮੁਲਾਜ਼ਾ ਕਰਾਵਾਂਗੇ ਜਿਹੜੇ ਉਹਨਾਂ ਦੇ ਸਵਾਰ ਹੈ ਅਤੇ ਦੇਖਦੇ ਹਾਂ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਕਿ ਨਹੀਂ ਪੀਤੀ ਹੋਈ। ਕੀ ਇਹ ਕਾਰਵਾਈ ਅੱਗੇ ਵੀ ਜਾਰੀ ਰਹੂਗੀ ਜੀ ਇਲੈਕਸ਼ਨ ਤੋਂ ਬਾਅਦ ਵੀ? ਨਹੀਂ, ਬਿਲਕੁਲ ਜਾਰੀ ਰਹੂਗੀ ਅਤੇ ਤੁਹਾਡੇ ਥਰੂ ਮੇਰਾ ਇੱਥੋਂ ਦੇ ਸੀਨੀਅਰਸ ਨੂੰ ਆਪਣਾ ਸਿਟੀਜ਼ਨ ਨੂੰ ਇਹ ਸੁਨੇਹਾ ਹੈ ਵੀ ਆਪਣੇ ਬੱਚਿਆਂ ਨੂੰ ਵੀ ਸਮਝਾਓ ਅਤੇ ਨੌਜਵਾਨਾਂ ਨੂੰ ਵੀ ਇਹ ਸੁਨੇਹਾ ਹੈ ਵੀ ਜੇ ਕੋਈ ਸਾਡੇ ਕੋਲੋਂ ਇੱਥੇ ਸ਼ਰਾਬ ਪੀਂਦਾ ਫੜਿਆ ਗਿਆ ਗੱਡੀ 'ਚ ਅਣਅਧਿਕਾਰਿਤ ਤਰੀਕੇ ਨਾਲ ਅਤੇ ਉਹ 'ਤੇ ਸਖ਼ਤ ਐਕਸ਼ਨ ਲਿਆ ਜਾਊਗਾ। ਕੱਲ੍ਹ ਇੱਥੇ ਚਟੂਰਾ ਪੁਆਇੰਟ ਕਰਕੇ ਇੱਕ ਰੈਸਟੋਰੈਂਟ ਹੈ ਜੀ, ਉਹਨਾਂ 'ਤੇ ਅਸੀਂ ਐਕਸਾਈਜ਼ ਐਕਟ ਦਾ ਪਰਚਾ ਦਿੱਤਾ। ਵਾਰਨਿੰਗ ਕਹਿ ਲਓ, ਇਹਨੂੰ ਨਸੀਹਤ ਕਹਿ ਲਓ ਵੀ ਜੇ ਇੱਥੇ ਕੋਈ ਇਹੋ ਜਿਹੀ ਗੁੰਡਾਗਰਦੀ ਹੁੱਲੜਬਾਜ਼ੀ ਜਾਂ ਕੋਈ ਪਬਲਿਕ ਪਲੇਸ 'ਤੇ ਸ਼ਰਾਬ ਪੀਊਗਾ ਤਾਂ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ ਅਤੇ ਜੇ ਕੋਈ ਆਪਣੀਆਂ ਦੁਕਾਨਾਂ 'ਚ ਪਿਆਉਂਦਾ
ਜਿਵੇਂ ਰੈਸਟੋਰੈਂਟ ਹੈਗੇ ਅੰਦਰ ਅੰਦਰ ਬੈਠਣ ਨੂੰ ਜਗ੍ਹਾ ਨਹੀਂ ਹੈ, ਬਾਹਰ ਕਾਰਾਂ 'ਚ ਜੇ ਸਰਵ ਕਰਦਾ ਹੈ, ਸ਼ਰਾਬ ਪਿਆਉਂਦਾ ਹੈ, ਉਹਨਾਂ ਨੂੰ ਸੋਡਾ ਗਲਾਸ ਵਗੈਰਾ ਦਿੰਦਾ ਹੈ, ਤਾਂ ਉਹਦੇ 'ਤੇ ਵੀ ਕਾਰਵਾਈ ਕੀਤੀ ਜਾਊ। ਇੱਕ ਸਰ ਦੇਖਣ ਨੂੰ ਆ ਰਿਹਾ ਜੀ, ਜੀ ਟੀ ਰੋਡ 'ਤੇ ਵੀ ਦੋ ਤਿੰਨ ਹੈਗੇ ਆ, ਵੀ ਉਹਨਾਂ ਦੇ ਖਿਲਾਫ਼ ਉੱਥੇ ਵੀ ਚੱਕੀਆਂ ਅਭਿਆਨ ਚੱਲੂਗਾ? ਬਿਲਕੁਲ ਜੀ, ਅਸੀਂ ਇਦੋਂ ਪਹਿਲਾਂ ਉੱਥੇ ਜਾ ਕੇ ਆਏ ਹਾਂ, ਉਸ ਤੋਂ ਬਾਅਦ ਇੱਥੇ ਆਏ ਹਾਂ। ਦੈਨਿਕ ਸਵੇਰਾ ਅਤੇ ਫੋਕਸਵੈਗਨ 18, 19 ਅਤੇ 20 ਅਕਤੂਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤੁਹਾਡੇ ਲਈ ਲੈ ਆਏ ਨੇ ਆਟੋ ਐਕਸਪੋ 2024, ਜਿਸ ਵਿੱਚ ਤੁਹਾਨੂੰ ਮਿਲਣਗੀਆਂ ਲਗਜ਼ਰੀ ਕਾਰਾਂ, ਬਾਈਕਸ, ਕਿਡ ਜ਼ੋਨ, ਆਕਰਸ਼ਕ ਤੋਹਫੇ, ਫੂਡ ਕੋਰਟ, ਲਾਈਵ ਪਰਫਾਰਮੈਂਸਿਸ, ਫ੍ਰੀ ਮਹਿੰਦੀ ਤੇ ਨੇਲ ਆਰਟ ਵੀ ਦੁਪਹਿਰ 12 ਤੋਂ 8 ਵਜੇ ਤੱਕ। ਪਹੁੰਚੋ ਜ਼ਰੂਰ ਆਟੋ ਐਕਸਪੋ 2024, ਐਸੋਸੀਏਟ ਸਪਾਂਸਰ ਅਡਾਨੀ ਗੈਸ, ਇੰਟਰਟੇਨਮੈਂਟ ਪਾਰਟਨਰ ਮਿਰਚੀ ਐਂਡ ਗਾਨਾ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।